जनता पार्टी के कौमी प्रधान सतीश कुमार नार ने मंगलवार को नरोत्तम विहार विखे प्रेस कॉन्फ्रेंस की, जिस विच दुकानदार रमेश कुमार ने पिंड प्रवेश नगर के सरपंच से लखा रुपए वापिस ना मोड़न के आरोप लगाए, जिस संबंधी उसने थाना कोतवाली विखे सरपंच खिलाफ दरखास्त भी दिती। पीड़ित रमेश कुमार ने पार्टी प्रधान सतीश नार को इंसाफ दवाउन लई मदद की गुहार लगाई है। कपूरथला तो पत्रकार गौरव मड़िया की विशेष रिपोर्ट। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਰਮੇਸ਼ ਕੁਮਾਰ ਜੀ। ਹਾਂਜੀ, ਕਿੱਥੋਂ ਦੇ ਰਹਿਣ ਵਾਲੇ ਹੋ ਜੀ? ਮੇਰਾ ਪਿੰਡ ਨਾਨਕਪੁਰ ਜੀ। ਹਾਂਜੀ, ਕੀ ਵਾਕਿਆ ਹੋਇਆ ਜੀ ਤੁਹਾਡੇ ਨਾਲ? ਮੇਰੇ ਕੋਲ ਨਾ ਪ੍ਰਦੇਸ਼ ਨਗਰ ਦਾ ਸਰਪੰਚ ਹੈ ਭੁਪਿੰਦਰ ਸਿੰਘ, ਅਤੇ ਉਹਨੇ ਮੇਰੇ ਕੋਲ, ਮੇਰੀ ਦੁਕਾਨ ਹੈ ਖਾਦ ਦਵਾਈਆਂ ਦੀ, ਉਹਨੇ ਮੇਰੇ ਕੋਲ 2-2.5 ਸਾਲ ਸਮਾਨ ਲਿਆ ਜੀ। ਕਿਹੜੀ ਜਗ੍ਹਾ ਹੈ ਜੀ ਦੁਕਾਨ ਤੋਂ? ਇਹ ਨਾਨਕਪੁਰ ਜੀ। ਅੱਛਾ ਜੀ। 2-2.5 ਸਾਲ ਸਮਾਨ ਲਿਆ ਮੇਰੇ ਕੋਲ, ਕੋਈ ਉਹਨੇ 10-12 ਲੱਖ ਦਾ, ਵਿੱਚੋਂ ਕੁਛ ਪੈਸੇ ਦੇ ਦਿੱਤੇ ਆ, ਕੁਛ ਪੈਸੇ ਰਹਿੰਦੇ ਆ। ਹੁਣ ਉਹ ਜੇ ਕੋਈ ਮੰਗਦਾ ਪੈਸੇ ਤਾਂ ਵਾਅਦਾ ਕਰਕੇ ਮੁੱਕਰ ਜਾਂਦਾ, ਔਰ ਉਲਟੀਆਂ ਧਮਕੀਆਂ ਦਿੰਦਾ, ਗਾਲਾਂ ਕੱਢਦਾ ਜੀ। ਹਾਂਜੀ, ਅਤੇ ਤੁਹਾਡੀ ਗੱਲ ਕਿੰਨੇ ਦੇ ਵਿੱਚ ਹੋਈ ਸੀ? ਸਾਡੀ ਗੱਲ 4 ਲੱਖ 'ਚ ਹੋਈ ਸੀਗੀ ਜੀ। ਹਾਂਜੀ, ਅਤੇ ਉਹ 'ਚੋਂ ਕਿੰਨੇ ਦੇ ਚੁੱਕੇ? ਪੰਜਵੇਂ ਮਹੀਨੇ ਦੀ 5 ਤਰੀਕ 6ਵੇਂ ਮਹੀਨੇ ਦੀ 5 ਤਰੀਕ ਨੂੰ ਦੇਣਾ ਸੀ 4 ਲੱਖ ਰੁਪਇਆ, ਉਹ ਤੋਂ ਮੁੱਕਰ ਗਿਆ ਜੀ। ਨਾ ਉਹ ਕੋਈ ਨਾ ਕੋਈ ਪੈਸਾ ਦਿੱਤਾ ਮੈਨੂੰ, ਅਤੇ ਉਲਟਾ ਸਗੋਂ ਗਾਲਾਂ ਕੱਢਦਾ ਧਮਕੀਆਂ ਦਿੰਦਾ ਜੀ। ਅਤੇ ਇਹਦੇ ਬਰਖਿਲਾਫ ਮੈਂ ਦਿਖਾ ਦਿੱਤੀ ਐਸ ਐਚ ਓ ਸਾਹਿਬ ਨੂੰ ਕੋਤਵਾਲੀ 'ਚ, ਹੁਣ ਅੱਗੇ ਕਾਰਵਾਈ ਕੀ ਕਰਦੇ ਆ। ਅਤੇ ਹੁਣ ਇਹ ਅਜੇ ਤੱਕ ਕੋਈ ਮੈਨੂੰ ਫੋਨ ਫਾਨ 'ਤੇ ਕੋਈ ਨਹੀਂ ਆਇਆ ਜੀ। ਅਤੇ ਹੁਣ ਜੇ ਨਾ ਕੋਈ ਗੱਲ ਬਣੀ ਤਾਂ ਫਿਰ ਅਸੀਂ ਉਹਨਾਂ ਘਰ ਦੇ ਬਾਰੇ ਧਰਨਾ ਲਾਵਾਂਗੇ 10 ਤਰੀਕ ਨੂੰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੈਂ ਸਤੀਸ਼ ਕੁਮਾਰ ਨਾਹਰ, ਪਾਰਟੀ ਪ੍ਰਧਾਨ ਭਾਰਤੀ ਜਨਤਾ ਪਾਰਟੀ। ਸਭ ਤੋਂ ਪਹਿਲਾਂ ਤਾਂ ਮੈਂ ਜੈ ਭੀਮ, ਜੈ ਭਾਰਤ, ਜੈ ਵਾਲਮੀਕਿ, ਹਰ ਹਰ ਵਾਲਮੀਕਿ। ਅਤੇ ਸਰ, ਕੀ ਵਾਕਿਆ ਹੋਇਆ ਅੱਜ ਪੀੜਿਤ ਤੁਹਾਡੇ ਕੋਲ ਆਏ ਨੇ? ਦੇਖੋ, ਪ੍ਰਵੇਸ਼ ਨੇ ਭਵਾਨੀਪੁਰ ਸਰਪੰਚ ਨਾਲ ਪਹਿਲਾਂ ਵੀ ਸਾਡਾ ਡਿਸਪਿਊਟ ਚੱਲਿਆ ਸੀਗਾ, ਜਿਹ 'ਚ ਉਹਨੇ ਖਬਰਾਂ ਮੇਰੇ ਖਿਲਾਫ ਵੀ ਲਾਏ, ਮੇਰੇ ਕੋਲ ਪਾਰਟੀ ਫੰਡ ਮੰਗਦੇ ਆ, ਮੇਰੇ ਕੋਲ ਇਹ ਕਰਦੇ ਵੋ ਕਰਦੇ, ਉਹ ਝੂਠਾ ਸਾਬਤ ਹੋ ਗਿਆ। ਉਹ ਤੋਂ ਬਾਅਦ ਬੰਦੇ ਬੁੰਦੇ ਵਿੱਚ ਪੈ ਕੇ ਚਲੋ ਗੱਲ ਚੱਲੀ ਆ ਕਿ ਇਹ ਬੰਦਾ, ਇੱਕ ਬੰਦਾ ਇਹਨਾਂ ਕੋਲ ਸਾਡਾ ਵੀਰ ਹੈ, ਛੋਟਾ ਪ੍ਰੈਸ ਰਿਪੋਰਟਰ, ਉਹਨੇ ਕਿਹਾ ਜੀ ਇਹ ਸਰਪੰਚ ਸਾਹਿਬ ਬਹੁਤ ਵਧੀਆ ਬੰਦੇ, ਉਹਨੇ ਮੈਂ ਵੀਡੀਓ ਬਣਾਉਣਾ ਭੇਜੀਆਂ ਪਿੰਡ ਦੇ ਬੰਦਿਆਂ ਕੋਲੋਂ ਕਿ ਸਰਪੰਚ ਸਾਹਿਬ ਗਰੀਬਾਂ ਦੀ ਮਦਦ ਕਰਦੇ ਆ, 5-5 ਹਜ਼ਾਰ ਰੁਪਇਆ ਦੇ ਦੂਜਾ ਵਿਆਹਾਂ 'ਤੇ ਲਾਉਂਦੇ ਆ, ਸਬਜ਼ੀ ਦਿੰਦੇ ਆ, ਦੂਜਾ ਟੈਂਟ ਦਾ ਖਰਚਾ ਚੱਲਦੇ ਆ। ਮੈਂ ਪਹਿਲਾਂ ਸਰਪੰਚ ਸਾਹਿਬ ਪੁੱਛਣਾ ਚਾਹੁੰਦਾ ਵਾਂ ਕਿ ਪਹਿਲਾਂ ਇਹ ਦੱਸੋ, ਜਿਹੜਾ ਬੰਦਾ ਗਰੀਬ ਤੁਹਾਡੇ ਕੋਲ ਰਮੇਸ਼ ਆ, ਜਿਹਦੇ ਕੋਲ ਤੁਸੀਂ ਉਧਾਰ ਲੈ ਚੱਕਿਆ, ਉਹਦਾ ਤੁਸੀਂ ਪੈਸੇ ਦੇਣੇ ਤਾਂ ਗਰੀਬਾਂ 'ਚ ਕਿਉਂ ਮਦਦ ਕਰ ਦਿਓਗੇ? ਜਿਹੜਾ ਸਰਪੰਚ ਝੂਠਾ ਪਲੰਦਾ ਵਾ, ਅਸੀਂ ਇਸ ਸਰਪੰਚ ਇੱਕ ਦਰਖਾਸਤ ਥਾਣਾ ਕੋਤਵਾਲੀ ਦਿੱਤੀ ਆ ਕਿ ਜਿਹੜੀ ਇੱਥੇ ਬਣਦੀ ਕਾਨੂੰਨੀ 400 406 ਦਾ ਪਰਚਾ ਕੀਤਾ ਜਾਵੇ, ਕਿਉਂਕਿ ਇਸ ਬੰਦੇ ਨੇ ਫਰੋਡ ਕੀਤਾ, ਸਾਜਿਸ਼ ਤਹਿਤ ਇਹਨਾਂ ਠੱਗੀ ਮਾਰੀ ਆ। ਪਹਿਲਾਂ ਨੂੰ ਝਾਂਸੇ 'ਚ ਲੈ ਲਿਆ, ਝਾਂਸੇ ਲੈ ਕੇ ਉਹਨਾਂ ਕੋਲ ਸਮਾਨ ਚੱਕ ਲਿਆ, ਸਮਾਨ ਚੱਕ ਮੁੜੇ ਪੈਸੇ ਦੇਣ ਤੋਂ ਇਨਕਾਰੀ ਕਰਤੀ। ਜਦੋਂ ਇਹ ਮੰਗਦਾ ਤਾਂ ਆਪਣੀ ਰੋਬਦ ਹੁੰਦਾ ਕਿ ਮੇਰੀ ਜਿਹੜੀ ਵੱਡੀ ਬੜੀ ਉੱਪਰ 'ਤੇ ਪਹੁੰਚ ਆ, ਮੈਂ ਬੜਾ, ਮੈਂ ਰਾਜਨੀਤੀ ਸਰਕਾਰੀ ਸਰਕਾਰੀ ਦੇ ਬਾਰੇ ਮੇਰੀ ਬੜੀ ਗੱਲਬਾਤ ਆ, ਮੈਂ ਤੇਰਾ ਕੁਛ ਨਹੀਂ ਜਿੱਥੇ ਦਾ ਜੋਰ ਲਾ ਲਾ। ਸਰਪੰਚ ਸਾਹਿਬ ਨੂੰ ਮੈਂ ਦੱਸਣਾ ਚਾਹੁੰਦਾ ਕਿ ਸਰਪੰਚ ਸਾਹਿਬ, ਜਦੋਂ ਗਰੀਬ ਦੀ ਹਾਹ ਪੈਂਦੀ ਨਾ ਤਾਂ ਫਿਰ ਬੰਦਾ ਦੇਖਦਾ ਤਾਂ ਠਾ ਕਿ ਇਹ ਬਣ ਕੇ ਗਿਆ ਵਾ। ਸਾਡੀ ਮੰਗ ਆ ਕਿ ਜਿਹੜਾ ਇਹਦਾ ਬੰਦ ਆਖਰ ਸੀ ਨੇ ਕਰਾਈ ਜਾਵੇ, ਨਹੀਂ ਹੁੰਦੀ ਤਾਂ 10 ਤਰੀਕ ਨੂੰ ਸਾਡੀ ਪਾਰਟੀ ਭਾਰਤੀ ਆਮ ਜਨਤਾ ਪਾਰਟੀ ਇਹਦੇ ਘਰ ਦੇ ਬਾਹਰ ਟੈਂਟ ਲਾ ਕੇ ਸ਼ਾਂਤੀਪੂਰਵਕ ਬੈਠਾਂਗੇ, ਔਰ ਜਦ ਤੱਕ ਬੰਦੇ ਸਾਨੂੰ ਇਨਸਾਫ ਨਹੀਂ ਮਿਲਦਾ ਇਹਦੀ ਆਕਰਸ਼ਣ ਦੀ, ਤਦ ਤੱਕ ਬੈਠੇ ਰਹਾਂਗੇ। ਜੈ ਭੀਮ, ਜੈ ਭਾਰਤ, ਜੈ ਵਾਲਮੀਕਿ, ਹਰ ਹਰ ਵਾਲਮੀਕਿ।